Welcome back and subscribe to your own YouTube channel, Professor K. Pushpinder Singh, a tutor who learns. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਇਨਫੋਰਮੇਸ਼ਨ ਲੈ ਕੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੀਖਿਆਵਾਂ ਬਾਰੇ। ਇਹ ਜਿਹੜੀ ਇਨਫੋਰਮੇਸ਼ਨ ਹੈ ਕੰਟਰੋਲਰ ਪ੍ਰੀਖਿਆਵਾਂ ਦਫ਼ਤਰ ਵੱਲੋਂ ਆਈ ਹੈ, ਅਤੇ ਉਮੀਦ ਕਰਦਾ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਊਗਾ ਅਤੇ ਬੈੱਲ ਦਾ ਆਈਕਨ ਤੁਸੀਂ ਦਬਾ ਦਿੱਤਾ ਹੋਊਗਾ ਅਤੇ ਇਸ ਵੀਡੀਓ ਨੂੰ ਤੁਸੀਂ ਲਾਈਕ ਵੀ ਕਰ ਲਿਆ ਹੋਊਗਾ। ਅਤੇ ਜੇ ਨਹੀਂ ਹਾਲੇ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਦਾ ਆਈਕਨ ਦਬਾ ਦਿਓ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਨਵੀਂ ਇਨਫੋਰਮੇਸ਼ਨ ਜਿਹੜੀ ਆ ਉਹ ਪੋਸਟ ਕਰ ਦਿੱਤੀ। ਆਓ ਦੇਖਦੇ ਹੁਣ ਇਹ ਇਨਫੋਰਮੇਸ਼ਨ ਹੈ ਕੀ। ਇਹ ਇਨਫੋਰਮੇਸ਼ਨ ਜਿਹੜੀ ਹੈ 3004A COE ਦੇ ਕੋਡ ਨੰਬਰ ਤਹਿਤ ਜਾਰੀ ਕੀਤੀ ਗਈ ਹੈ ਅਤੇ 9 ਸਤੰਬਰ 2020 ਨੂੰ ਇਹ ਜਾਰੀ ਕੀਤੀ ਗਈ ਸੀ। ਜ਼ਰੂਰੀ ਸੂਚਨਾ ਦਾ ਇਹਦੇ ਸਿਰਲੇਖ ਲਿਖਿਆ ਹੋਇਆ ਅਤੇ ਜ਼ਰੂਰੀ ਸੂਚਨਾ ਕੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਖੀਰਲੇ ਸਮੈਸਟਰ ਕਲਾਸਾਂ ਦੀਆਂ ਥਿਊਰੀ ਪ੍ਰੀਖਿਆਵਾਂ ਮਿਤੀ 25 ਸਤੰਬਰ 2020 ਤੋਂ ਕਰਾਉਣ ਦਾ ਫੈਸਲਾ ਲੈ ਲਿਆ ਗਿਆ ਹੈ। 25 ਸਤੰਬਰ 2020 ਤੋਂ ਤੁਹਾਡੀਆਂ ਥਿਊਰੀ ਪ੍ਰੀਖਿਆਵਾਂ ਹੋ ਜਾਣੀਆਂ ਨੇ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਜਿਹੜੀਆਂ 19 ਸਤੰਬਰ 2020 ਤੱਕ ਖਤਮ ਕਰ ਦੇਣੀਆਂ ਨੇ। ਹੁਣ ਗੱਲ ਆ ਜਾਂਦੀ ਹੈ ਥਿਊਰੀ ਪ੍ਰੀਖਿਆਵਾਂ ਦੇ ਪੇਪਰ ਹੱਲ ਕਰਨ ਦਾ ਸਮਾਂ। ਤੁਹਾਡੇ ਕੋਲ ਸਮਾਂ ਰਹੇਗਾ 2 ਘੰਟੇ ਦਾ। ਹੁਣ 2 ਘੰਟੇ ਦੇ ਵਿੱਚ ਤੁਸੀਂ ਇੰਨਾ ਕਿਵੇਂ ਕਰ ਸਕੋਗੇ? ਤਾਂ ਉੱਪਰ ਆਈ ਬਟਨ ਦੇ ਵਿੱਚ ਦੇਖੋ, ਉੱਪਰ ਆਈ ਬਟਨ ਦੇ ਵਿੱਚ ਇੱਕ ਪਲੇਲਿਸਟ ਹੈ। ਸੱਜੇ ਹੱਥ ਦੇਖੋ ਆਈ ਬਟਨ ਆ ਗਿਆ, ਇਹਦੇ ਵਿੱਚ ਇੱਕ ਪਲੇਲਿਸਟ ਹੈ। ਉਹਦੇ ਵਿੱਚ ਇੱਕ ਵੀਡੀਓ ਹੈ ਗਾਗਰ 'ਚ ਸਾਗਰ ਭਰਨ ਲਈ ਕਿਹਾ, ਉਹ ਵੀਡੀਓ ਦੇਖ ਲਿਓ ਕਿ 2 ਘੰਟੇ ਵਿੱਚ ਤੁਸੀਂ ਕਿੱਦਾਂ ਕਰਨੀ ਆ। 50% ਪ੍ਰਸ਼ਨ ਹੀ ਹੱਲ ਕਰੇਗਾ, ਉਸ ਨੇ ਕੁੱਲ ਅੰਕਾਂ ਦਾ 50% ਅੰਕਾਂ ਦਾ ਪ੍ਰਸ਼ਨ ਪੱਤਰ ਹੱਲ ਕਰਨਾ ਹੈ। ਤਾਂ ਉਹਨੇ ਕਿਵੇਂ 50% ਅੰਕਾਂ ਦਾ ਹੱਲ ਕਰਨਾ? ਉਹੀ ਆਈ ਬਟਨ ਦੇ ਵਿੱਚ ਉੱਪਰ ਵਾਲੇ 'ਚ ਇੱਕ ਪਲੇਲਿਸਟ ਦੇ ਵਿੱਚ, ਉਸੇ ਪਲੇਲਿਸਟ ਦੇ ਵਿੱਚ ਇੱਕ 50% ਵਾਲਾ ਉਹ ਐਪ ਹੀ, 50% ਦਾ ਰਾਜ ਕੀ ਹੈ, ਤਾਂ ਉਹ ਵੀਡੀਓ ਹੀ ਤੁਹਾਡਾ ਹੱਲ ਕਰ ਦੇਵੇਗੀ। ਕੋਵਿਡ ਮਹਾਂਮਾਰੀ ਦੇ ਦੌਰਾਨ ਤੁਸੀਂ ਘਰ ਬੈਠੇ ਹੀ ਪੇਪਰ ਦਾ ਹੱਲ ਕਰਨਾ, ਤਾਂ ਹੁਣ ਤੁਸੀਂ ਉਸੇ ਪਲੇਲਿਸਟ ਦੇ ਵਿੱਚ ਫਿਰ ਦੇਖਣਾ ਕਿ ਘਰ ਬੈਠੇ ਪ੍ਰਸ਼ਨ ਦਾ ਹੱਲ ਕਰਨਾ। ਤਾਂ ਕੀ ਇਹ ਇਗਜ਼ਾਮ ਨੇ ਆ? ਓਪਨ ਬੁੱਕ ਟੈਸਟ ਨੇ, ਜੋ ਪੰਜਾਬ ਯੂਨੀਵਰਸਿਟੀ ਵਿੱਚ ਹੋਇਆ ਹੂਬਹੂ ਪੰਜਾਬੀ ਯੂਨੀਵਰਸਿਟੀ ਵਿੱਚ ਪੈਟਰਨ ਜੋ ਹੈ ਉਹ ਸੇਮ ਫੋਲੋ ਹੋਊਗਾ। ਸੇਮ ਪੈਟਰਨ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਆਪਣੀ ਹੈ, GNDU ਜਿਹੜੀ ਯੂਨੀਵਰਸਿਟੀ ਆ, ਉਹ ਵੀ ਉਹੀ ਫੋਲੋ ਕਰੇਗੀ। ਬਾਬਾ ਫਰੀਦ ਵੀ ਉਹੀ ਫੋਲੋ ਕਰੇਗੀ ਅਤੇ ਹੋਰ ਵੀ ਪੰਜਾਬ ਦੀਆਂ ਜਿਹੜੀਆਂ ਏਡਡ ਅਤੇ ਸਰਕਾਰੀ ਯੂਨੀਵਰਸਿਟੀਜ਼ ਨੇ ਉਹੀ ਫੋਲੋ ਕਰ ਰਹੀਆਂ ਨੇ। ਤਾਂ ਗਾਈਡਲਾਈਨਸ ਆਲਮੋਸਟ ਸੇਮ ਹੀ ਨੇ, ਤਰੀਕਾਂ ਜਿਹੜੀਆਂ ਨੇ, ਡੇਟਸ ਜਿਹੜੀਆਂ ਨੇ ਉਹ ਬਦਲੀਆਂ ਨੇ। ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਓਫੀਸ਼ੀਅਲ ਵੈਬਸਾਈਟ ਹੈ, ਜਿੱਥੇ ਤੁਸੀਂ ਜਾ ਕੇ ਲੌਗਇਨ ਕਰਨਾ, ਆਪਣਾ ਅਕਾਊਂਟ, ਆਪਣਾ ਰੋਲ ਨੰਬਰ ਡਾਊਨਲੋਡ ਕਰਨਾ ਪ੍ਰਾਈਵੇਟ ਪ੍ਰੀਖਿਆਵਾਂ ਵਾਲਿਆਂ ਲਈ ਵਾਲਿਆਂ ਨੇ, ਉਹ ਮੈਂ ਨੀਚੇ ਡਿਸਕ੍ਰਿਪਸ਼ਨ ਦੇ ਉੱਤੇ ਦੇ ਦਿੱਤਾ ਹੈ, ਉਹਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ ਅਤੇ ਉਹਨੂੰ ਵਿਚਾਰ ਲੈਣਾ ਹੈ। ਹੁਣ ਗੱਲ ਆ ਜਾਂਦੀ ਹੈ ਕਿ ਤੁਸੀਂ ਉਸ ਤੋਂ ਬਾਅਦ ਪੇਪਰ ਦੇਣਾ ਕਿੱਥੇ ਹੈ। ਤਾਂ ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਔਨਲਾਈਨ ਜਿਹੜਾ ਪੇਪਰ ਹੈ ਉਹ ਤੁਹਾਡੇ ਰੋਲ ਨੰਬਰ ਦੇ ਉੱਤੇ ਇੱਕ ਵੈਬਸਾਈਟ ਦਿੱਤੀ ਹੋਊਗੀ, ਉਹਦੇ ਉੱਤੇ ਤੁਸੀਂ ਭੇਜਣਾ ਹੈ। ਅਤੇ ਔਫਲਾਈਨ ਪੇਪਰ, ਜੇ ਤੁਸੀਂ ਪੇਪਰ ਦੀ ਹਾਰਡ ਕਾਪੀ ਜਿਹੜੀ ਆ ਉਹ ਕਿੱਥੇ ਦੇਣੀ ਹੈ? ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਕਾਲਜ, ਐਫੀਲੀਏਟਡ ਕਾਲਜ ਆਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੋਡਲ ਸੈਂਟਰ ਬਣਾਏ ਗਏ ਹਨ। ਤੁਸੀਂ ਘਰ ਦੇ ਨੇੜੇ ਕੋਈ ਵੀ ਐਫੀਲੀਏਟਡ ਕਾਲਜ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਐਫੀਲੀਏਟਡ ਹੈ, ਉੱਥੇ ਜਾ ਕੇ ਆਪਣੇ ਆਨਸਰ ਸ਼ੀਟ ਦੀ ਹਾਰਡ ਕਾਪੀ ਕਨਵੈਲਪ ਦੇ ਵਿੱਚ ਪਾ ਕੇ ਅਤੇ ਉਹਦੀਆਂ ਡਿਟੇਲਸ ਲਿਖ ਕੇ ਭੇਜ ਆਉਣੀ ਹੈ। ਉਹ ਵੀ ਜਿਹੜੀ ਹੈ ਉਹਦੀ ਵੀ ਇੱਕ ਵੀਡੀਓ ਬਣਾਈ ਸੀ ਮੈਂ, ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਲੇਟਡ ਵੀਡੀਓ ਹੈ। ਪਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਧਿਆਨ ਨਾਲ ਕਿ ਕਿਸ ਤਰ੍ਹਾਂ ਤੁਸੀਂ ਪੈਕ ਕਰਕੇ ਦੇ ਕੇ ਆਉਣੀ ਹੈ, ਸੈੱਟ ਕਿੱਦਾਂ ਬਣਾ ਕੇ ਰੱਖਣੇ ਨੇ ਉਹ ਵੀ ਤੁਸੀਂ ਦੇਖ ਲੈਣੀ ਹੈ। ਉਹ ਪੂਰੀ ਪਲੇਲਿਸਟ ਦੀਆਂ ਸਾਰੀਆਂ ਵੀਡੀਓਜ਼ ਜੇ ਤੁਸੀਂ ਧਿਆਨ ਨਾਲ ਦੇਖ ਲੈਂਦੇ ਹੋ ਤਾਂ ਤੁਹਾਨੂੰ ਹੋਰ ਜਾਣਕਾਰੀ ਲੈਣ ਦੀ ਲੋੜ ਨਹੀਂ ਪੈਂਦੀ। ਪਰ ਫਿਰ ਵੀ ਜੇ ਤੁਹਾਨੂੰ ਹੋਰ ਜਾਣਕਾਰੀ ਲੈਣ ਦੀ ਲੋੜ ਪਊਗੀ ਤਾਂ ਤੁਸੀਂ ਇਸੇ ਵੀਡੀਓ ਦੇ ਨੀਚੇ ਕਮੈਂਟ ਕਰਨਾ, ਜਾਂ ਜਿਸ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਉਹਦੇ ਰਿਗਾਰਡਿੰਗ ਜਾਣਕਾਰੀ ਚਾਹੀਦੀ ਹੈ, ਤੁਸੀਂ ਉਸ ਵੀਡੀਓ ਦੇ ਨੀਚੇ ਕਮੈਂਟ ਕਰਨਾ ਅਤੇ ਨਾਲ ਤੁਸੀਂ ਦੱਸਣਾ ਹੈ ਕਿ ਤੁਸੀਂ ਕਿਸ ਯੂਨੀਵਰਸਿਟੀ ਦੇ ਵਿਦਿਆਰਥੀ ਹੋ। ਤਦ ਤੱਕ ਦੇ ਲਈ ਆਪਣੀ ਮਿਹਨਤ ਕਰਦੇ ਰਹੋ, ਮਿਹਨਤ ਨੂੰ ਫਲ ਪੈਂਦੇ ਹੀ ਪੈਂਦੇ ਨੇ। ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਸਕ੍ਰਾਈਬ ਜ਼ਰੂਰ ਕਰ ਲਿਓ।